Welcome students on my YouTube channel and you are watching my channel IELTS with Sophia. ਅੱਜ ਮੈਂ ਤੁਹਾਨੂੰ ਕਰਵਾਉਣ ਲੱਗੀ ਹਾਂ 7 September 2024 IELTS exam writing task 2. ਬਹੁਤ ਜ਼ਿਆਦਾ ਈਜ਼ੀ ਟਾਸਕ ਆਇਆ ਸੀ ਪੇਪਰ ਦੇ ਵਿੱਚ, ਈਵਨ ਕਿ ਇਹਦੇ ਰਿਲੇਟਡ ਮੇਰਾ ਆਲਰੇਡੀ ਕਲਾਸ ਦੇ ਵਿੱਚ ਰੈਪੀਟੀਸ਼ਨ ਹੋਈ ਹੈ. ਠੀਕ ਹੈ, ਸਮ ਪੀਪਲ ਬਿਲੀਵ ਦੈਟ ਐਕਸਪਲੋਰਿੰਗ ਆਊਟਰ ਸਪੇਸ ਇਜ਼ ਇੰਪੋਰਟੈਂਟ ਬਿਕੋਜ ਇਟ ਐਕਸਪੈਂਡਸ ਹਿਊਮਨ ਨੌਲੇਜ ਐਂਡ ਮਾਈਟ ਲੀਡਸ ਟੂ ਡਿਸਕਵਰੀਜ ਦੈਟ ਵਿਲ ਬੈਨੀਫਿਟ ਹਿਊਮਨਿਟੀ ਇਨ ਦਾ ਫਿਊਚਰ. ਮਤਲਬ ਕੁਛ ਲੋਕ ਇਹ ਕਹਿੰਦੇ ਆ ਕਿ ਆਊਟਰ ਸਪੇਸ ਨੂੰ ਐਕਸਪਲੋਰ ਕਰਨਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਇਸ ਦੇ ਨਾਲ ਹਿਊਮਨ ਦੀ ਨੌਲੇਜ ਇੰਕਰੀਜ਼ ਹੁੰਦੀ ਹੈ. ਠੀਕ ਹੈ, ਅਤੇ ਦੂਸਰਾ ਬੈਨੀਫਿਟ ਵੀ ਹੋਏਗਾ ਇਨ ਫਿਊਚਰ. ਅਦਰਸ ਬਿਲੀਵ ਦੈਟ ਸਪੇਸ ਜਿਹੜੀ ਐਕਸਪਲੋਰੇਸ਼ਨ ਹੈ ਇਜ਼ ਅ ਵੇਸਟ ਆਫ ਮਨੀ that could be better spent involving immediate problems here on earth. ਇਹ ਵੇਸਟੇਜ ਆਫ ਮਨੀ ਹੈ ਅਤੇ ਇਹੀ ਪੈਸਾ ਕਿਸੇ ਇਮੀਡੀਏਟਲੀ ਪ੍ਰੋਬਲਮਸ ਜਿਹੜੀਆਂ ਆਉਂਦੀਆਂ ਧਰਤੀ ਦੇ ਉੱਤੇ ਉਹਨਾਂ 'ਤੇ ਲਗਾਇਆ ਜਾ ਸਕਦਾ ਵੈ. ਟੂ ਵਟ ਐਕਸਟੈਂਟ ਡੂ ਯੂ ਐਗਰੀ ਔਰ ਡਿਸਐਗਰੀ? ਤਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਕਹਾਂਗੀ ਜਿਹੜੇ ਐਕਸਟੈਂਟ ਵਾਲੇ ਐਸੇ ਹੁੰਦੇ, ਟੂ ਵਟ ਐਕਸਟੈਂਟ, ਇਹਦੇ ਵਿੱਚ ਪਾਰਸ਼ੀਅਲ ਕਦੇ ਵੀ ਨਾ ਜਾਇਆ ਕਰੋ, ਨਾ ਹੀ ਆਪਾਂ ਜਾ ਸਕਦੇ ਹਾਂ 50-50, 70-30 ਕਰ ਦਿਉ, 30-70 ਕਰ ਦਿਉ, ਜਾਂ ਫਿਰ ਕੰਪਲੀਟ 100% ਕਰ ਦਿਉ, ਉਹ ਬੈਟਰ. ਠੀਕ ਹੈ, ਕਿਵੇਂ ਆਪਾਂ ਲਿਖ ਸਕਦੇ ਸੀ? ਇਟ ਇਜ਼ ਸੈਟ ਬਾਏ. ਠੀਕ ਹੈ, ਮੈਂ ਇੰਟਰੋ ਨੂੰ ਪੈਸੇ ਦੇ ਵਿੱਚ ਬਣਾ ਦਿੱਤਾ ਕਿ ਬਹੁਤ ਸਾਰੇ ਮਲਟੀਫੇਰੀਅਸ, ਮਤਲਬ ਬਹੁਤ ਸਾਰੇ ਲੋਕਾਂ ਦੇ ਦੁਆਰਾ ਇਹ ਕਿਹਾ ਜਾਂਦਾ ਵੈ. ਇਟ ਇਜ਼ ਸੈਟ ਬਾਏ ਮਲਟੀਫੇਰੀਅਸ ਹਿਊਮਨ ਬੀਨਸ ਦੈਟ ਦ ਇਨਫੋਰਮੇਸ਼ਨ ਆਫ ਆਊਟਰ ਸਪੇਸ, ਜਿਹੜੀ ਆਊਟਰ ਸਪੇਸ ਦੀ ਜਿਹੜੀ ਇਨਫੋਰਮੇਸ਼ਨ ਹੈ ਉਹ ਐਕਸਪਲੋਰ ਕਰਨੀ ਚਾਹੀਦੀ ਹੈ, ਵਿਚ ਇਜ਼ ਕਰੂਸ਼ਲ. ਕਰੂਸ਼ਲ ਮਤਲਬ ਇੰਪੋਰਟੈਂਟ, ਜਿਹੜੀ ਹਰ ਕਿਸੇ ਦੇ ਲਈ ਇੰਪੋਰਟੈਂਟ ਹੈ. ਵਾਈਲ, ਵਾਈਲ ਮਤਲਬ ਜਦਕਿ, ਜਦੋਂ ਤੁਸੀਂ ਵਾਈਲ ਸੈਂਟੈਂਸ ਵਿੱਚ ਯੂਜ਼ ਕਰਨਾ ਦੋ ਸੈਂਟੈਂਸਿਸ ਦੇ ਬਿਟਵੀਨ, ਉਦੋਂ ਆਏਗਾ ਵਾਈਲ ਤੋਂ ਪਹਿਲਾਂ ਕੌਮਾ. ਠੀਕ ਹੈ, ਕੌਮਾ ਵਾਈਲ ਅਦਰ ਸੇ ਦੈਟ, ਜਦਕਿ ਦੂਸਰੇ ਇਹ ਕਹਿੰਦੇ ਆ ਕਿ ਇਹ ਤਾਂ ਵੇਸਟੇਜ ਆਫ ਮਨੀ ਹੈ. ਠੀਕ ਹੈ, ਮਤਲਬ ਕਿ ਤੁਸੀਂ ਸਪੇਸ ਐਕਸਪਲੋਰ 'ਤੇ ਪੈਸਾ ਲਗਾ ਰਹੇ ਹੋ, ਇਹ ਤਾਂ ਵੇਸਟੇਜ ਹੈ. ਦੈਟਸ ਵਾਈ ਇਸ ਕਰਕੇ ਇਹ ਪੈਸਾ ਇਨਵੈਸਟ ਕਰਨਾ ਚਾਹੀਦਾ ਵੈ ਔਨ ਸਮ ਸੀਰੀਅਸ ਪ੍ਰੋਬਲਮਸ. ਸੀਰੀਅਸ ਪ੍ਰੋਬਲਮਸ ਉੱਤੇ ਕਿਹੜੀਆਂ ਸੀਰੀਅਸ ਪ੍ਰੋਬਲਮਸ? ਔਨ ਅਰਥ, ਆਈ ਲਾਰਜਲੀ ਐਗਰੀ. ਠੀਕ ਹੈ, ਇੱਥੇ ਮੈਂ ਹੁਣ 70-30 ਕੀਤਾ ਵੈ. ਕਿਵੇਂ? ਆਈ ਲਾਰਜਲੀ ਐਗਰੀ ਵਿਦ ਦ ਸੈਕਿੰਡ ਸਟੇਟਮੈਂਟ ਕਿ ਹਾਂ, ਜ਼ਿਆਦਾ ਪੈਸਾ ਧਰਤੀ 'ਤੇ ਜਿਹੜੀਆਂ ਪ੍ਰੋਬਲਮਸ ਹੈ ਉਹਨਾਂ 'ਤੇ ਲਗਾਉਣਾ ਚਾਹੀਦਾ ਵੈ. ਠੀਕ ਹੈ, ਆਪਾਂ ਉਸ ਸਟੇਟਮੈਂਟ ਦੇ ਨਾਲ ਐਗਰੀ ਹਾਂ 70%. ਪਰ ਆਈ ਵਿਲ ਆਲਸੋ ਸ਼ੇਅਰ, ਮੈਂ ਸ਼ੇਅਰ ਕਰਾਂਗਾ ਫਿਊ ਪੁਆਇੰਟਸ, ਕੁਝ ਪੁਆਇੰਟਸ. ਫਿਊ ਪੁਆਇੰਟਸ ਮਤਲਬ 30% ਇਨ ਦਾ ਫੇਵਰ. ਕਿਹਦੇ ਫੇਵਰ? ਫਸਟ ਕੰਸੈਪਟ. ਫਸਟ ਕੰਸੈਪਟ ਕਿਹੜਾ ਸੀ? ਕਿ ਆਊਟਰ ਸਪੇਸ 'ਤੇ ਪੈਸਾ ਖਰਚ ਕਰਨਾ ਚਾਹੀਦਾ ਵਾ, ਉਹਦੇ 'ਚ ਆਪਾਂ 30% ਐਗਰੀ ਹਾਂ ਕਿ ਨਹੀਂ ਕਰਨਾ ਚਾਹੀਦਾ ਆਊਟਰ ਸਪੇਸ 'ਤੇ, ਮੈਂ ਆਊਟਰ ਸਪੇਸ 'ਤੇ ਪੈਸਾ ਖਰਚ, ਹਾਂ ਧਰਤੀ 'ਤੇ ਜਿਹੜੀਆਂ ਪ੍ਰੋਬਲਮਸ ਆ ਉਹਨਾਂ 'ਤੇ ਖਰਚ ਕਰਨਾ ਚਾਹੀਦਾ, ਉਹਦੇ 'ਤੇ ਆਪਾਂ 70%, ਤਾਂ ਹੀ ਕਰਕੇ ਲਿਖਿਆ ਲਾਰਜਲੀ ਐਗਰੀ. ਠੀਕ ਹੈ, ਇਨ ਦਾ ਇਮੀਨੈਂਟ ਪੈਰਾਗ੍ਰਾਫਸ. ਬਹੁਤ ਸਾਰੇ ਬੱਚੇ ਇੱਥੇ ਫੋਰਥ ਕਮਿੰਗ, ਅਪਕਮਿੰਗ ਲਿਖਦੇ ਆ, ਆਪਾਂ ਲਿਖ ਸਕਦੇ ਹਾਂ ਇਮੀਨੈਂਟ. ਇਸੇ ਬਹਾਨੇ ਤੁਹਾਡੀ ਵੋਕੈਬਲਰੀ ਵੀ ਯੂਜ਼ ਹੋ ਜਾਏਗੀ. ਕਮੈਂਸਿੰਗ ਵਿਦ, ਸਟਾਰਟਿੰਗ ਤੋਂ, ਦੇਰ ਆਰ ਸਮ ਰੀਜ਼ਨਸ, ਬਹੁਤ ਸਾਰੇ ਕਾਰਨ ਹੈ ਦੈਟ ਵਾਈ ਕੈਸ਼, ਕਿਉਂ ਕੈਸ਼ ਸਪੈਂਡ ਕਰਨਾ ਚਾਹੀਦਾ. ਬੀ ਦੇ ਨਾਲ ਯਾਦ ਰੱਖਿਓ ਹਮੇਸ਼ਾ ਥਰਡ ਫੋਰਮ ਆਉਂਦੀ ਹੈ. ਠੀਕ ਹੈ, ਔਨ ਦਾ ਆਊਟਰ ਸਪੇਸ ਫੋਰ ਐਕਸਪਲੋਰਿੰਗ. ਐਕਸਪਲੋਰ ਕਰਨ ਦੇ ਲਈ ਆਊਟਰ ਸਪੇਸ 'ਤੇ ਪੈਸਾ ਕਿਉਂ ਖਰਚ ਕਰਨਾ ਚਾਹੀਦਾ? ਫਸਟ ਐਂਡ ਫੋਰਮੋਸਟ ਇਜ਼ ਸਾਇੰਟਿਫਿਕ ਐਕਸਪੈਰੀਮੈਂਟ. ਸਾਇੰਟਿਫਿਕ ਐਕਸਪੈਰੀਮੈਂਟ ਦੇ ਲਈ, ਟੂ ਐਕਸਪਲੇਨ ਇਟ ਕਲੀਅਰਲੀ, ਵਾਈ ਵਾਈਲ ਐਕਸਪਲੋਰਿੰਗ, ਜਦੋਂ ਆਪਾਂ ਆਊਟਰ ਸਪੇਸ ਨੂੰ ਐਕਸਪਲੋਰ ਕਰਦੇ ਹਾਂ, ਸਾਇੰਟਿਸਟ ਅੰਡਰਸਟੈਂਡ ਕਰਦੇ ਆ ਸਾਰੀਆਂ ਚੀਜ਼ਾਂ ਨੂੰ ਪਲੈਨਟਸ ਦੇ ਬਾਰੇ. ਜਦੋਂ ਆਪਾਂ ਉਹਦੇ 'ਤੇ ਪੈਸਾ ਖਰਚ ਕਰਾਂਗੇ ਪਲੈਨਟਸ ਨੂੰ, ਮਤਲਬ ਕਿ ਨੌਲੇਜ ਲੈਣ ਦੇ ਬਾਰੇ, ਆਊਟਰ ਸਪੇਸ 'ਤੇ ਪੈਸਾ ਖਰਚ ਕਰਾਂਗੇ, ਆਫਕੋਰਸ ਆਪਾਂ ਨੂੰ ਪਲੈਨਟਸ ਦੀ ਨੌਲੇਜ ਮਿਲੇਗੀ, ਜਿਹੜੀ ਹੈਲਪ ਕਰਦੀ ਆ ਟੂ ਇਨਹੈਂਸ ਅ ਨੌਲੇਜ, ਆਪਣੀ ਨੌਲੇਜ ਨੂੰ ਇਨਕਰੀਜ਼ ਕਰਦੀ ਆ ਰਿਸਰਚ ਕਰਨ ਦੇ ਵਿੱਚ. ਠੀਕ ਹੈ, ਇਹ ਟੌਪਿਕ ਉਹ ਵੀ ਲਿਖ ਸਕਦਾ ਸੀ ਜਿਹਨੂੰ ਸਾਇੰਟਿਫਿਕ ਦੇ ਬਾਰੇ ਕੋਈ ਨੌਲੇਜ ਨਹੀਂ ਹੈਗੀ.
ਤੁਸੀਂ ਜ਼ਿਆਦਾ ਡਿਟੇਲ ਵਿੱਚ ਨਹੀਂ ਜਾਣਾਗਾ, ਬਸ ਜਸਟ ਇੰਨਾ ਦੱਸਣਾ ਹੈ ਕਿ ਕਿਉਂ ਸਾਇੰਸ ਮਤਲਬ ਕਿ ਪੈਸਾ ਆਊਟਰ ਸਪੇਸ 'ਤੇ ਲਗਾਉਣਾ ਚਾਹੀਦਾ ਬਸ। ਇਨ ਰਿਸਰਚ ਐਜ ਵੈਲ ਐਜ ਪ੍ਰੋਟੈਕਟ, ਪ੍ਰੋਟੈਕਟ ਕਰਦੇ ਆ ਅਪਕਮਿੰਗ ਪੋਟੈਂਸ਼ੀਅਲ ਡੇਂਜਰਸ ਤੋਂ, ਕਿ ਜਿਹੜਾ ਖਤਰਾ ਆਉਣ ਵਾਲਾ ਵੈ ਫਿਊਚਰ ਦੇ ਵਿੱਚ ਆਪਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਅਗਰ ਆਪਾਂ ਪੈਸਾ ਪਲੈਨਟ 'ਤੇ ਆਊਟਰ ਸਪੇਸ 'ਤੇ ਲਗਾਉਂਦੇ ਹਾਂ। ਸੈਕਿੰਡ ਕਾਰਨ ਇਹ ਹੈ ਕਿ ਇਹਦਾ ਗੁੱਡ ਇਨਫਲੂਐਂਸ, ਇਨਫਲੂਐਂਸ ਮਤਲਬ ਪ੍ਰਭਾਵ, ਉਹ ਚਾਹੇ ਅੱਛਾ ਹੋਵੇ ਚਾਹੇ ਮਾੜਾ ਹੋਵੇ, ਇਨਫਲੂਐਂਸ ਤੋਂ ਪਹਿਲਾਂ ਜੋ ਲਿਖਿਆ ਹੁੰਦਾ ਉੱਥੋਂ ਆਪਾਂ ਨੂੰ ਪਤਾ ਲੱਗਦਾ ਕਿ ਅੱਛਾ ਜਾਂ ਮਾੜਾ। ਠੀਕ ਹੈ, ਗੁੱਡ ਗੁੱਡ ਇਨਫਲੂਐਂਸ ਔਨ ਇਕਨੋਮਿਕ ਡਿਵੈਲਪਮੈਂਟ, ਇਕਨੋਮਿਕ ਡਿਵੈਲਪਮੈਂਟ 'ਤੇ ਅੱਛਾ ਇਨਫਲੂਐਂਸ ਪੈਂਦਾ, ਕਿਉਂਕਿ ਜਦੋਂ ਸਟੱਡੀ ਕੀਤੀ ਜਾਂਦੀ ਹੈ ਨਾ ਸਪੇਸ ਦੇ ਬਾਰੇ, ਉਹਨਾਂ ਨੂੰ ਮੌਕਾ ਮਿਲਦਾ ਵੈ ਅਬਾਊਟ ਵੇਰੀਅਸ ਜੋਬਸ ਬਾਰੇ, ਪਤਾ ਲੱਗਦਾ ਵੈ ਕਿ ਕਿਹੜੀਆਂ ਕਿਹੜੀਆਂ ਜੋਬ ਅੱਜ ਕੱਲ੍ਹ ਜੋਬਸ ਚੱਲਦੀਆਂ ਪਈਆਂ ਵੈ। ਕਿ ਟੈਕਨੋਲੋਜੀ ਐਡਵਾਂਸਮੈਂਟ ਐਂਡ ਬਿਜ਼ਨਸ ਓਪਰਚੁਨਿਟੀ ਡਿਊ ਟੂ ਸੈਟੇਲਾਈਟ, ਸੈਟੇਲਾਈਟ ਦੇ ਥਰੂ ਉਹਨਾਂ ਨੂੰ ਪਤਾ ਲੱਗਦਾ ਵੈ ਕਿ ਅੱਜ ਕੱਲ੍ਹ ਕਿਹੜੀ ਜੋਬਸ ਜ਼ਿਆਦਾ ਟ੍ਰੈਂਡ ਹੈ ਜਿਹੜੀ ਇਕਨੋਮੀ ਲੈਵਲ ਬੂਸਟ ਕਰਦੇ ਹਨ। ਹੈਂਸ ਇਟ ਇਜ਼ ਗੁੱਡ ਟੂ ਐਕਸਪਲੋਰ ਆਊਟਰ ਸਪੇਸ। ਸੋ ਇਹ ਬਹੁਤ ਅੱਛੀ ਗੱਲ ਹੈ ਕਿ ਅਗਰ ਆਪਾਂ ਆਊਟਰ ਸਪੇਸ 'ਤੇ ਖਰਚ ਕਰਦੇ ਹਾਂ ਆਪਣੀ ਨੌਲੇਜ ਨੂੰ ਐਕਸਪਲੋਰ ਕਰਨ ਦੇ ਲਈ, ਦਿਸ ਇਜ਼ ਬੈਨੀਫਿਸ਼ੀਅਲ ਫੋਰ ਮੈਨਕਾਈਂਡ। ਡਿਸਪਾਈਟ ਹੈਵਿੰਗ, ਡਿਸਪਾਈਟ ਮਤਲਬ ਦੇ ਬਾਵਜੂਦ, ਮੈਰਿਟਸ ਹੋਣ ਦੇ ਬਾਵਜੂਦ ਵੀ, ਕਿ ਤੁਸੀਂ ਆਊਟਰ ਸਪੇਸ 'ਤੇ ਪੈਸਾ ਖਰਚ ਕਰਦੇ ਪਏ ਹੋ ਉਹਦੇ ਹੋਣ ਦੇ ਬਾਵਜੂਦ ਵੀ, ਠੀਕ ਹੈ, ਬਟ ਸਮ ਮੇਜਰ ਇਸ਼ੂਸ, ਕੁਝ ਮੇਜਰ ਇਸ਼ੂਸ ਨਿਗਲੈਕਟ ਨਹੀਂ ਕੀਤੇ ਜਾ ਸਕਦੇ ਔਨ ਅਰਥ, ਧਰਤੀ 'ਤੇ। ਫਸਟਲੀ ਮਨੀ ਹੈ ਜਿਹੜੀ ਸਪੈਂਟ ਹੋਣੀ ਚਾਹੀਦੀ ਹੈ ਐਜੂਕੇਸ਼ਨਲ ਪਰਪਸ ਦੇ ਉੱਤੇ, ਕਿਉਂਕਿ ਇਟ ਇਜ਼ ਨੋਟ ਓਨਲੀ ਮੇਕ ਪਰਸਨ ਐਜੂਕੇਟਡ, ਇਹ ਐਜੂਕੇਸ਼ਨ ਹੈ ਉਹ ਜਸਟ ਪਰਸਨ ਨੂੰ ਪੜ੍ਹਿਆ ਲਿਖਿਆ ਨਹੀਂ ਬਣਾਉਂਦੀ ਕਿ, ਬਟ ਓਲਸੋ ਫਿਊਚਰ ਵੀ ਸ਼ਾਈਨ ਕਰਦੀ ਹੈ, ਇੰਡੀਪੈਂਡੈਂਟ ਬਣਾਉਂਦੀ ਹੈ ਫਿਊਚਰ, ਕਿਉਂਕਿ ਜਦੋਂ ਪੜ੍ਹਿਆ ਲਿਖਿਆ ਇਨਸਾਨ ਉਹ ਆਪਣਾ ਕਮਾ ਕੇ ਆਪ ਖਾ ਸਕਦਾ ਵਾ। ਠੀਕ ਹੈ, ਸੈਕਿੰਡਲੀ ਪ੍ਰੋਪਰ ਐਂਡ ਗੁੱਡ ਮੈਡੀਕੇਸ਼ਨ, ਕਈ ਗਰੀਬ ਲੋਕ ਹੁੰਦੇ ਆ ਨਾ ਜਿਹੜੀ ਦਵਾਈ ਵੀ ਨਹੀਂ ਖਰੀਦ ਸਕਦੇ, ਉਹ ਪ੍ਰੋਬਲਮ ਆਪਾਂ ਲਿੱਤੀ ਇੱਥੇ। ਪ੍ਰੋਪਰ ਐਂਡ ਗੁੱਡ ਮੈਡੀਕੇਸ਼ਨ ਵੀ ਬਹੁਤ ਜ਼ਿਆਦਾ ਕੰਪਲਸਰੀ ਹੈ ਹਰ ਕਿਸੇ ਦੇ ਲਈ, ਬਟ ਸਮ ਡੈਸਟੀਟਿਊਟ ਪਬਲਿਕ, ਕੁਝ ਗਰੀਬ ਲੋਕ, ਬੇਸਹਾਰਾ ਲੋਕ ਅਫੋਰਡ ਨਹੀਂ ਕਰ ਸਕਦੇ ਇਹਨਾਂ ਖਰਚਿਆਂ ਨੂੰ, ਦਸ ਇਸ ਕਰਕੇ ਮੈਡੀਕਲ ਫੈਸਿਲਿਟੀ ਵੀ ਫ੍ਰੀ ਹੋਣੀ ਚਾਹੀਦੀ ਆ ਉਹਨਾਂ ਲੋਕਾਂ ਦੇ ਲਈ। ਮਤਲਬ ਕਿ ਇੰਨਾ ਪੈਸਾ ਸਰਕਾਰ ਨੂੰ ਇਹਦੇ 'ਤੇ ਲਗਾਉਣਾ ਚਾਹੀਦਾ ਵਾ, ਜਿਵੇਂ ਮੈਡੀਕਲ ਹੋਸਪਿਟਲ, ਗਵਰਨਮੈਂਟ ਹੋਸਪਿਟਲ, ਜਾਂ ਫਿਰ ਆਪਾਂ ਭਗਵੰਤ ਮਾਨ ਦੇ ਜਿਹੜੇ ਹੋਸਪਿਟਲ ਸੈਂਟਰ ਵਗੈਰਾ ਖੁੱਲ੍ਹੇ ਹੋਏ ਆ, ਹੈ ਨਾ, ਇਹ ਫ੍ਰੀ ਦਵਾਈਆਂ ਵੰਡਦੇ ਆ ਜਸਟ ਲੋਕਾਂ ਦੀ ਹੈਲਪ ਕਰਨ ਦੇ ਲਈ, ਬਟ ਪਹਿਲਾਂ ਇਹਨਾਂ ਨੇ ਪੈਸਾ ਤਾਂ ਲਗਾਇਆ ਨਾ, ਇਹਨਾਂ ਨੇ ਇਹ ਨਹੀਂ ਸੋਚਿਆ ਕਿ ਅਸੀਂ ਪੈਸਾ ਆਊਟਰ ਸਪੇਸ 'ਤੇ ਲਗਾ ਲਈਏ, ਇਹਨਾਂ ਨੇ ਕਿਹਾ ਅਸੀਂ ਪੈਸੇ ਦਵਾਈਆਂ 'ਤੇ ਲਗਾਵਾਂਗੇ, ਗਵਰਨਮੈਂਟ ਹੋਸਪਿਟਲ 'ਤੇ ਲਗਾਵਾਂਗੇ, ਕਿ ਤਾਂ ਕਿ ਲੋਕਾਂ ਨੂੰ ਫ੍ਰੀ ਵਿੱਚ ਦਵਾਈਆਂ ਮਿਲ ਸਕਣ। ਲਾਸਟ ਬਟ ਨੋਟ ਲੀਸਟ, ਕਾਰਨ ਇਹ ਹੈ ਰਿਡਿਊਸ ਅ ਚਾਂਸਿਸ ਆਫ ਐਕਸੀਡੈਂਟ, ਕਿ ਐਕਸੀਡੈਂਟ ਦੇ ਚਾਂਸਿਸ ਘਟਾਉਣਾ, ਦ ਅਰੇਂਜਮੈਂਟ ਆਫ ਟ੍ਰੈਫਿਕ ਲਾਈਟਸ, ਚਾਂਸਿਸ ਕਿਵੇਂ ਘਟਣਗੇ ਅਗਰ ਤੁਸੀਂ ਅਰੇਂਜਮੈਂਟ ਕਰੋਗੇ ਟ੍ਰੈਫਿਕ ਲਾਈਟ ਦਾ, ਸ਼ੁਡ ਆਲਸੋ ਬੀ ਡਨ, ਇਹ ਵੀ ਹੋਣਾ ਚਾਹੀਦਾ ਵੈ ਤਾਂ ਕਿ ਹਰ ਕਿਸੇ ਦੀ ਲਾਈਫ ਸੇਵ ਹੋ ਸਕੇ। ਕੰਕਲੂਜ਼ਨ ਵਿੱਚ ਕੀ ਲਿਖ ਸਕਦੇ ਹੋ, ਫਿਊ ਐਡਵਾਂਟੇਜਿਸ ਹੈਗੀਆਂ ਮੈਂ ਟੂ ਐਕਸਪਲੋਰ ਆਊਟਰ ਸਪੇਸ, ਆਊਟਰ ਸਪੇਸ ਨੂੰ ਐਕਸਪਲੋਰ ਕਰਨ ਦੇ ਲਈ, ਬਟ ਮੈਰਿਟਸ ਜ਼ਿਆਦਾ ਵੈ, ਟੂ ਸਪੈਂਡ ਮਨੀ ਔਨ ਦੋਜ ਪ੍ਰੋਬਲਮਸ ਵਿਚ ਆਰ ਔਨ ਅਰਥ, ਜਿਹੜੀਆਂ ਧਰਤੀ ਦੇ ਉੱਤੇ ਆ ਪ੍ਰੋਬਲਮਸ, ਉਹਨਾਂ 'ਤੇ ਪੈਸਾ ਖਰਚ ਕਰਨ ਦੇ ਸਾਨੂੰ ਜ਼ਿਆਦਾ ਫਾਇਦੇ ਹੁੰਦੇ ਆ, ਕਿਉਂਕਿ ਇਸ ਦੇ ਨਾਲ ਪਬਲਿਕ ਸੇਫ ਰਹਿੰਦੀ ਹੈ, ਹੈਲਥੀ ਰਹਿੰਦੀ ਹੈ, ਐਂਡ ਆਫਟਰ ਕੰਪਲੀਟਿੰਗ ਐਜੂਕੇਸ਼ਨ ਕੈਨ ਸੈਟ ਕਰੀਅਰ, ਅਤੇ ਐਜੂਕੇਸ਼ਨ ਕੰਪਲੀਟ ਹੋਣ ਤੋਂ ਬਾਅਦ ਉਹ ਆਪਣੇ ਕਰੀਅਰ ਸੈੱਟ ਕਰ ਸਕਦੀ ਹੈ। ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਦਿੱਤੇ ਹੋਏ ਵਟਸਐਪ ਨੰਬਰ ਦੇ ਉੱਤੇ,
ਫੀਸ ਦੇ ਵਿੱਚ ਸਪੈਸ਼ਲ ਡਿਸਕਾਊਂਟ ਚੱਲਦਾ ਪਿਆ ਵੈ 14 ਸਪਤੰਬਰ ਤੱਕ ਹੈ। ਸੋ ਜਲਦੀ ਆਪਣਾ ਬੈਚ ਸਟਾਰਟ ਕਰ ਲਓ, ਚਾਹੇ ਤੁਸੀਂ ਫੋਰਨ ਤੋਂ ਚਾਹੇ ਤੁਸੀਂ ਇੰਡੀਆ ਤੋਂ। ਦੋ ਮੋਡਿਊਲ ਲਓਗੇ ਤਾਂ ਵੀ ਸਪੈਸ਼ਲ ਡਿਸਕਾਊਂਟ ਹੈ, ਇੱਕ ਲਓਗੇ ਤਾਂ ਵੀ ਸਪੈਸ਼ਲ ਡਿਸਕਾਊਂਟ ਹੈ। ਲਿਸਨਿੰਗ ਦਾ ਮੋਡਿਊਲ ਮੈਂ ਦਿੰਦੀ ਨਹੀਂ, ਰੀਡਿੰਗ ਰਾਈਟਿੰਗ ਸਪੀਕਿੰਗ ਅਗਰ ਤੁਸੀਂ ਤਿੰਨੋਂ ਲੈਂਦੇ ਹੋ ਤਿੰਨਾਂ 'ਤੇ ਵੀ ਡਿਸਕਾਊਂਟ ਹੈ ਅਤੇ ਇੱਕ 'ਤੇ ਵੀ ਡਿਸਕਾਊਂਟ ਹੈ। ਸੋ ਜਲਦੀ ਕੰਟੈਕਟ ਕਰ ਲਓ ਔਨ ਮਾਈ ਗਿਵਨ ਵਟਸਐਪ ਨੰਬਰ। ਤੁਸੀਂ ਫੋਨ ਵੀ ਕਰ ਸਕਦੇ ਹੋ, ਮੈਸੇਜ ਵੀ ਕਰ ਸਕਦੇ ਹੋ, ਬਟ ਯਾਦ ਰੱਖਿਓ ਅੱਜ ਤਰੀਕ ਹੈ 10, ਇਹ ਔਫਰ ਸਿਰਫ 14 ਸਪਤੰਬਰ ਤੱਕ ਹੈ। ਸੋ ਜਲਦੀ ਕੰਟੈਕਟ ਕਰ ਲਓ, ਆਪਣੀ ਸੀਟ ਬੁੱਕ ਕਰ ਲਓ, ਰਜਿਸਟ੍ਰੇਸ਼ਨ ਕਰਵਾ ਲਓ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ, ਬਿਕੋਜ਼ ਨਵਾਂ PDF ਆ ਚੁੱਕਾ ਵਾ, ਫਸਟ ਵਰਜ਼ਨ ਸਪਟੰਬਰ ਟੂ ਡਿਸੰਬਰ 2024 ਮੱਕਰ ਮੈਮ ਦਾ, ਮਤਲਬ ਕਿਰਨ ਮੈਮ ਦਾ, ਠੀਕ ਹੈ। ਉਹ PDF ਦੇ ਸਾਰੇ ਕਿਊ ਕਾਰਡਸ ਮੈਂ ਅਪਲੋਡ ਕਰਨੇ ਕੱਲ੍ਹ ਤੋਂ ਸਟਾਰਟ ਕਰ ਦੇਣੇ ਹੈ। ਸੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਆਈਲੈਟਸ ਵਿਦ ਸੋਫੀਆ। ਫ੍ਰੀ ਦੇ ਵਿੱਚ ਇੰਗਲਿਸ਼ ਸਿੱਖਣ ਦੇ ਲਈ ਤੁਸੀਂ ਫੋਲੋ ਕਰ ਸਕਦੇ ਹੋ ਮੇਰਾ ਫੇਸਬੁੱਕ ਪੇਜ ਰਾਬੀਆ ਗਰੋਵਰ, ਲਿੰਕ ਡਿਸਕ੍ਰਿਪਸ਼ਨ ਬੋਕਸ ਦੇ ਵਿੱਚ ਹੈ। ਆਈਲਸ ਦੇ ਰਿਗਾਰਡਿੰਗ ਕੋਈ ਵੀ ਅਪਡੇਟ ਲੈਣ ਦੇ ਲਈ ਤੁਸੀਂ ਜੁਆਇਨ ਕਰ ਸਕਦੇ ਹੋ ਮੇਰਾ ਟੈਲੀਗ੍ਰਾਮ ਚੈਨਲ ਆਈਲੈਟਸ ਵਿਦ ਸੋਫੀਆ, ਉਹਦਾ ਲਿੰਕ ਡਿਸਕ੍ਰਿਪਸ਼ਨ ਬੋਕਸ ਵਿੱਚ ਦੇ ਦਿੱਤਾ ਵੈ। ਫੋਰ ਮੋਰ ਵੀਡੀਓਜ਼ ਸਬਸਕ੍ਰਾਈਬ ਮਾਈ ਯੂਟਿਊਬ ਚੈਨਲ ਆਈਲੈਟਸ ਵਿਦ ਸੋਫੀਆ, ਬਟ ਡੋਂਟ ਫੋਰਗੇਟ ਟੂ ਲਾਈਕ ਐਂਡ ਸ਼ੇਅਰ ਦਿਸ ਵੀਡੀਓ।